ਤੇ ਇਹ ਜਾਨਵਰ ਜਿਹੜਾ ਖਾਏਗਾ ਇਨਸ਼ਾਅੱਲਾ ਦੁੱਧ ਦੀਆਂ ਨਹਿਰਾਂ ਬਹਾ ਦੇਗਾ। ਤੁਹਾਨੂੰ ਚੂਪ ਕੇ ਦਿਖੇ ਨਾ, ਜਿਵੇਂ ਗੰਨਾ ਨਹੀਂ ਚੂਪੀਦਾ ਬਾਈ ਜੀ, ਉਸ ਤਰੀਕੇ ਨਾਲ ਹੀ ਇਹ ਵੀ ਇੱਕ ਚੀਜ਼। ਉਹ ਭਾਈ ਜਾਨ ਚਾਰਾ ਜਿਹੜਾ, ਚਾਰੇ ਨੂੰ ਗੰਨਾ ਸਮਝਦੇ ਪਏ ਹੋ, ਕੀ ਨਿਕਲੇਗਾ ਅਰਜੀ ਤੁਹਾਨੂੰ? ਬਾਈ ਜੀ ਬਹੁਤ ਮਿੱਠਾ ਹੈ, ਜਿਵੇਂ ਸ਼ਹਿਦ ਨਹੀਂ ਹੁੰਦੀ ਉਸ ਤਰੀਕੇ ਨਾਲ ਇਹ ਮਿੱਠਾ ਬਾਈ ਜੀ। ਪਾਕਿਸਤਾਨੀਓ, ਆਜ ਕਿਸਾਨ ਹਜ਼ਰਾਤ ਕੇ ਲਈ ਬੜੀ ਹੀ ਸਪੈਸ਼ਲ ਵੀਡੀਓ ਲੈ ਕੇ ਆਇਆ ਹੂੰ। ਆਜ ਮੈਂ ਮੌਜੂਦ ਹੂੰ ਇੱਕ ਐਸੇ ਨੌਜਵਾਨ ਕੇ ਪਾਸ, ਜਿਸਕਾ ਯੇ ਕਹਿਣਾ ਹੈ ਕਿ ਇਸਕੇ ਪਾਸ ਜੋ ਚਾਰਾ ਹੈ, ਚਾਰਾ ਅਗਰ ਕਿਸਾਨ ਭਾਈਓ ਕੇ ਪਾਸ ਪਹੁੰਚ ਜਾਏ ਤੋ ਉਨਕੇ ਜਾਨਵਰ ਜੋ ਹੈ ਵੋ ਦੂਧ ਕੀ ਨਹਿਰੇ ਬਹਾ ਦੇਂਗੇ। ਯੇ ਕਹਿਣਾ ਹੈ ਫੈਸਲਾਬਾਦ ਕੇ ਇੱਕ ਨੌਜਵਾਨ ਕਾ, ਜਿਸਕੇ ਪਾਸ ਯੇ ਆਸਟ੍ਰੇਲੀਅਨ ਚਾਰਾ ਹੈ। ਯੇ ਚਾਰਾ ਹੈ ਕੌਨ ਸਾ ਹੈ, ਤਮਾਮ ਤਰ ਮਾਲੂਮਾਤ ਇਨਹੀ ਕੀ ਜ਼ਬਾਨੀ ਆਪ ਲੋਗੋਂ ਕੇ ਸਾਥ ਸ਼ੇਅਰ ਕਰਤੇ ਹੈਂ। 5 ਰੁਪਏ ਕਲਮ ਅਸੀਂ ਤੁਹਾਨੂੰ ਦਾਂਗੇ, ਤੁਹਾਡੇ ਤਾਂ ਵੀਡੀਓ ਦੇਖ ਕੇ ਜਿਹੜਾ ਵੀ ਕਿਸਾਨ ਪਾਈ ਜਾਏਗਾ ਉਹਨੂੰ 5 ਰੁਪਏ ਕਲਮ ਦਾਂਗੇ, ਤੇ ਇਹ ਯਕੀਨ ਮੰਨੋ ਇੱਕ ਤੋਹਫਾ ਜੇ। ਉਹ ਸਰ ਜੀ ਵੱਡੇ ਬੋਲ ਬੋਲਦੇ ਪਏ ਹੋ, ਦੁੱਧ ਦੀਆਂ ਨਹਿਰਾਂ ਕਿਸ ਤਰ੍ਹਾਂ ਜਾਨਵਰ ਬਹਾ ਦੇਗਾ, ਇਹਦੇ 'ਚ ਹੈ ਕੀ ਹੈ? ਅਸਮ ਬਾਈ ਵੱਡੇ ਬੋਲ ਖੁਦਾ ਦੇ, ਅਸੀਂ ਆਜਸ ਦੇ ਬੰਦੇ ਹਾਂ ਤੇ ਇਹ ਪਾਣੀ ਦੇ 'ਚ ਪ੍ਰੋਟੀਨ ਲੈਵਲ ਬਹੁਤ ਅੱਛਾ ਹੈ, ਇਹਦੇ ਵਿੱਚ ਸ਼ੂਗਰ ਲੈਵਲ ਬਹੁਤ ਅੱਛਾ ਹੈ, ਹਰ ਤਰ੍ਹਾਂ ਦੀਆਂ ਖੂਬੀਆਂ ਦਾ ਹਾਮਲ ਹੈ, ਤੇ ਪਿਛਲੇ ਜਿਹੜੇ ਵੀ ਗਰਾਸ ਗਰੂਸ ਨੇ ਸਾਰਿਆਂ ਤੋਂ ਇਹ ਅੱਛਾ ਹੈ, ਇਸ ਵਜ੍ਹਾ ਤੋਂ ਇਹਦਾ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ ਸਾਡੇ ਕਿਸਾਨ ਭਾਈਆਂ ਨੂੰ। ਸਾਨੂੰ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਕਿ ਜਾਨਵਰ ਇਸ ਨਾਲ ਦੁੱਧ ਦੀ ਪੈਦਾਵਾਰ 'ਚ ਬਹੁਤ ਜ਼ਿਆਦਾ ਵਾਜ਼ਿਆ ਜਿਹੜਾ ਹੈ ਨਾ ਇਜ਼ਾਫਾ ਮਹਿਸੂਸ ਕਰਨ ਨੂੰ ਮਿਲਦਾ। ਅਸਮ ਭਾਈ ਇਸ ਦਾ ਇੱਕ ਚਾਰੇ ਤੋਂ ਇਲਾਵਾ, ਯਾਨੀ ਕਿ ਦੂਸਰਿਆਂ ਦਾ ਕੰਪੈਰੀਜ਼ਮ ਅਗਰ ਕੀਤਾ ਜਾਏ ਨਾ, ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ। ਦੇਖੋ ਜੀ, ਜਿੱਥੇ ਮਹਿੰਗਾਈ ਦੇ ਦੌਰ 'ਚ ਡੀਜ਼ਲ ਵਹਾਈ ਬਹੁਤ ਹੀ ਉਹਦੇ ਐਕਸਪੈਂਸ ਹੋ ਗਏ ਨੇ, ਸੀਡ ਦੇ ਐਕਸਪੈਂਸ ਬਹੁਤ ਜ਼ਿਆਦਾ ਹੋ ਗਏ ਨੇ, ਉਸ ਤੋਂ ਬਾਅਦ ਜੀ ਜਰਮੀਨੇਸ਼ਨ ਹੋਏ ਨਾ ਹੋਏ, ਮੌਸਮ ਝੇਲਣੇ ਪੈਂਦੇ ਨੇ, ਸਾਰ ਚੀਜ਼ ਦੇਖਣੀ ਪੈਂਦੀ ਹੈ। ਇਹਨੂੰ ਤੁਸੀਂ ਅਗਰ ਇੱਕ ਦਫ਼ਾ ਲਗਾ ਲੈਂਦੇ ਹੋ ਨਾ, ਤੇ ਇਨਸ਼ਾਅੱਲਾ ਤੁਹਾਡੇ 12 ਤੋਂ 15 ਸਾਲ ਇਹ ਚੱਲਦਾ ਰਹੇਗਾ, ਤੇ ਹਰ ਕਟਾਈ ਤੋਂ ਬਾਅਦ ਇਨਸ਼ਾਅੱਲਾ ਇਹਦੀ ਜਰਮੀਨੇਸ਼ਨ ਤੁਹਾਨੂੰ ਜ਼ਿਆਦਾ ਮਿਲੇਗੀ, ਯਾਨੀ ਕਿ ਕੰਮ ਹੋ ਰਹੀ ਹੈ, ਇਹਦੀ ਜਰਮੀਨੇਸ਼ਨ ਤੁਹਾਨੂੰ ਜ਼ਿਆਦਾ ਮਿਲੇਗੀ, ਤੇ ਜਾਨਵਰ ਵੀ ਇਹਨੂੰ ਬਹੁਤ ਹੀ ਸ਼ੌਕ ਨਾਲ ਖਾਂਦੇ ਜੇ। ਤੇ ਦੂਸਰੇ ਚਾਰਾ ਜਾਤ ਦਾ ਅਗਰ ਕੰਪੈਰੀਜ਼ਮ ਕੀਤਾ ਜਾਏ ਤਾਂ ਉਹਦੀ ਨਿਸਬਤ ਇਹਦੇ ਵਿੱਚ ਹਰ ਚੀਜ਼ ਜ਼ਿਆਦਾ ਹੈ, ਪ੍ਰੋਟੀਨ ਲੈਵਲ ਜ਼ਿਆਦਾ, ਸ਼ੂਗਰ ਲੈਵਲ ਜ਼ਿਆਦਾ, ਬਾਕੀ ਵੀ ਚੀਜ਼ਾਂ ਇਹਦੇ ਵਿੱਚ ਜ਼ਿਆਦਾ ਨੇ। ਤੇ ਇਸ ਦੇ ਅਗਰ ਤੁਸੀਂ ਦੇਖਿਆ ਜਾਏ ਤੇ ਇਹਦੇ ਪੱਤੇ ਤੁਹਾਨੂੰ ਜ਼ਿਆਦਾ ਮਿਲਣਗੇ, ਜਿਸ ਦੀ ਵਜ੍ਹਾ ਤੋਂ ਕਮਾਦ ਨਾਲ ਅਗਰ ਕੰਪੈਰੀਜ਼ਮ ਕੀਤਾ ਜਾਏ ਤਾਂ ਉਹਦੀਆਂ ਟੋਟੀਆਂ ਵਗੈਰਾ ਬਚਾ ਦਿੰਦੇ ਨੇ ਜਾਨਵਰ, ਲੇਕਿਨ ਇਹਦੀ ਕੋਈ ਸ਼ੈ ਨਹੀਂ ਬਚਾਉਂਦੇ। ਅਸਮ ਬਾਈ ਇਹ ਰੈੱਡ ਨੈਪੀਅਰ ਗਰਾਸ ਹੈ ਜਿਹੜਾ ਕਿ ਅਸੀਂ ਆਸਟ੍ਰੇਲੀਆ ਤੋਂ ਇੰਪੋਰਟ ਕਰਾਇਆ, ਤੇ ਇਹਦਾ ਕਲਰ ਵੀ ਰੈੱਡ ਹੈ, ਡਾਰਕ ਰੈੱਡ, ਯਾਨੀ ਕਿ ਕਲੇਜੀ ਟਾਈਪ ਵੀ ਤੁਸੀਂ ਬੋਲ ਸਕਦੇ ਹੋ, ਲੇਕਿਨ ਇਹ ਰੈੱਡ ਨੈਪੀਅਰ ਗਰਾਸ ਹੈ ਜਿਹੜਾ ਕਿ ਚੀਨ ਦੇ ਅੰਦਰ ਇੱਕ ਰੈੱਡ ਜਿਹੜਾ ਨਾ ਕਮਾਦ ਵੀ ਹੈ, ਇਹਦੀ ਉਸ ਦੇ ਨਾਲ ਮੁਸ਼ਾਬਤ ਕ੍ਰਾਸ ਵਗੈਰਾ ਕਰਕੇ ਨਾ ਇਹ ਤਿਆਰ ਕੀਤਾ ਗਿਆ, ਜਿਹਦੀ ਵਜ੍ਹਾ ਤੋਂ ਇਹਦੇ 'ਤੇ ਮਿਠਾਸ ਤੇ ਬਹੁਤ ਜ਼ਿਆਦਾ ਖੂਬੀਆਂ ਦਾ ਹਮਲ ਹੈ। ਯਾਨੀ ਕਿ ਇਹਦੇ 'ਚ ਵੀ ਮਿਠਾਸ ਹੈ ਜਾਨਵਰਾਂ ਵਾਸਤੇ, ਯਾਨੀ ਜਾਨਵਰ ਮਜ਼ੇ ਨਾਲ ਖਾਣਗੇ ਇਹਨੂੰ। ਦੇਖੋ ਆਸਮ ਬਾਈ, ਜਿਸ ਵੇਲੇ ਅਸੀਂ ਇਹਦੀ ਕਟਾਈ ਕਰੀ ਦੀ ਹੈ ਨਾ, ਤੇ ਸ਼ਹਿਦ ਦੀਆਂ ਮੱਖੀਆਂ ਇਹਦੇ 'ਤੇ ਆ ਕੇ ਇਕੱਠੀਆਂ ਹੋ ਜਾਂਦੀਆਂ ਨੇ, ਇਸ ਤੋਂ ਵੱਡੀ ਕਿਹੜੀ ਨਿਸ਼ਾਨੀ ਤੁਹਾਨੂੰ ਦੱਸੀਏ? ਜ਼ਬਰਦਸਤ ਹੋ ਗਿਆ। ਅੱਛਾ, ਰੈੱਡ ਨਪੇਅਰ ਹੈ, ਇਸ ਤੋਂ ਪਹਿਲੇ ਸੁਪਰ ਨਪੇਅਰ ਗਰਾਸ ਸੀ, ਤੇ ਅਗਰ ਸੁਪਰ ਨਪੇਅਰ ਗਰਾਸ ਨਾਲ ਕੰਪੈਰੀਜ਼ਨ ਕੀਤਾ ਜਾਏ, ਕੀ ਸਮਝਦੇ ਹੋ ਤੁਸੀਂ? ਦੇਖੋ ਉਹਨਾਂ ਨਾਲੋਂ ਬਿਹਤਰ ਹੈ ਜਾਂ ਉਹ ਬਿਹਤਰ ਹੀ? ਦੇਖੋ ਆਸਮ ਬਾਈ, ਉਹ ਵੀ ਅੱਛਾ ਹੈ, ਲੇਕਿਨ ਅਗਰ ਦੁੱਧ ਦੇ ਨਾਲ ਜਾਂ ਇਹਦੇ ਅੰਦਰ ਅਫਾਦੀਅਤ ਨੂੰ ਦੇਖਿਆ ਜਾਏ ਨਾ, ਇਹ ਉਹਦੇ ਨਾਲ ਬਹੁਤ ਹੀ ਅੱਛਾ ਵਰਾਇਟੀ ਹੈ, ਯਾਨੀ ਕਿ ਬਹੁਤ ਹੀ ਅੱਛੀ ਇਹਦੇ 'ਚ ਤੁਹਾਨੂੰ ਦੁੱਧ ਦੀ ਪ੍ਰੋਡਕਸ਼ਨ ਮਿਲਦੀ ਹੈ। ਇਹ ਰਸ ਜਿੰਨਾ ਜ਼ਿਆਦਾ ਬਣੇਗਾ ਦੁੱਧ ਉਹਨਾਂ ਜ਼ਿਆਦਾ ਹੋਏਗਾ? ਹਾਂਜੀ ਇਨਸ਼ਾਅੱਲਾ ਉਨਾ ਜ਼ਿਆਦਾ ਹੋਏਗਾ। ਬਾਕੀ ਇਹ ਜਾਨਵਰ ਭੈਂਸਾਂ ਤੋਂ ਇਲਾਵਾ ਇਹਨੂੰ ਭੇਡ ਬੱਕਰੀਆਂ ਵੀ ਬੜੇ ਸ਼ੌਕ ਨਾਲ ਖਾਂਦੀਆਂ ਨੇ, ਤੇ ਮੈਂ ਤੁਹਾਨੂੰ ਦੱਸਦਾ ਚੱਲਾਂ, ਅਗਰ ਭੇਡ ਬੱਕਰੀਆਂ ਵਾਸਤੇ ਕਿਸੇ ਨੇ ਇਹ ਲਗਾਉਣਾ ਹੈ ਤਾਂ ਉਹ ਇਹਨੂੰ ਥੋੜ੍ਹਾ ਜਿਹਾ ਨਾ
ਘੱਟ ਹਾਈਟ ਦੇ ਕੱਟ ਲਵੇ, ਜਿਸ ਤਰ੍ਹਾਂ ਛੋਟਾ ਪੌਦਾ ਇਸ ਤਰ੍ਹਾਂ ਕੱਟ ਲੇ। ਹਾਂਜੀ, ਯਾਨੀ ਕਹਿੰਦੇ ਤੇ ਪੱਤਰਾਂ ਦੀ ਤਾਦਾਦ ਜ਼ਿਆਦਾ ਹੁੰਦੀ ਹੈ ਜਿਹੜੇ ਕਿ ਫਿਰ ਭੇਡ ਬੱਕਰੀਆਂ ਸ਼ੌਕ ਨਾਲ ਖਾਂਦੀਆਂ ਨੇ। ਠੀਕ ਹੋ ਗਿਆ। ਅੱਛਾ, ਤੁਸੀਂ ਜਿਹੜੀ ਕਲਮ ਫੜੀ ਹੈ ਜੀ, ਠੀਕ ਹੈ, ਇਹਨੂੰ ਜਦੋਂ ਤੁਸੀਂ ਕ੍ਰਸ਼ ਕਰਦੇ ਹੋ, ਕੁਤਰਦੇ ਹੋ ਜੀ, ਇਹ ਤੇ ਸਖਤ ਨਹੀਂ ਹੁੰਦੀ? ਦੇਖੋ, ਅਗਰ ਇਹਨੂੰ ਅਸੀਂ ਦੇਖਿਆ ਜਾਏ ਨਾ, ਯਾਨੀ ਕਿ ਇਹਦੀ ਕਲਮ ਨਰਮ ਵੀ ਹੁੰਦੀ ਹੈ ਤੇ ਪੱਤੇ ਰਹਿੰਦੇ ਜ਼ਿਆਦਾ ਹੁੰਦੇ ਨੇ, ਜਿਸ ਵਕਤ ਤੋਂ ਜਿਸ ਵਜ੍ਹਾ ਤੋਂ ਜਾਨਵਰ ਇਹਨੂੰ ਖਾ ਜਾਂਦੇ ਨੇ, ਬਚਾਉਂਦੇ ਨਹੀਂ। ਲੇਕਿਨ ਅਗਰ ਅਸੀਂ ਤਾਂ ਸੀਡ ਪਰਪਸ ਵਾਸਤੇ ਲਗਾ ਹੁਣ ਇਹਨੂੰ ਤਿਆਰ ਕੀਤਾ ਨਾ, ਇਸ ਵਾਸਤੇ ਇਹਦੀ ਅਸੀਂ ਕਲਮ ਮਚੋਰ ਕੀਤੀ ਹੈ, ਥੋੜ੍ਹੀ ਜਿਹੀ ਸਹਿਦ ਕੀਤੀ ਹੈ ਤਾਂ ਕਿ ਇਹ ਗਰਮੀ ਨੂੰ ਬਰਦਾਸ਼ਤ ਕਰੇ, ਜਰਮੀਨੇਸ਼ਨ ਪੂਰੀ ਕਰੇ। ਜ਼ਬਰਦਸਤ, ਕਿਉਂ ਨਹੀਂ ਆਸਮ ਭਾਈ, ਇਹ ਤਕਰੀਬਨ ਇੰਨਾ ਥੱਬੇ ਚ ਨਹੀਂ ਹੁੰਦਾ। ਜ਼ਰਾ ਮੈਂ ਕਰੀਬ ਆਉਣਾ, ਨਾਜ਼ਰੀਨ ਨੂੰ ਦਿਖਾਓ ਨਾ ਕਿੰਨੇ ਕੁ ਇੱਕ ਕਲਮ ਦੇ ਉੱਤੋਂ ਕਿੰਨੇ ਪੌਦੇ ਬਣ ਗਏ ਜੇ। ਆਹ ਦੇਖੋ ਆਸਮ ਭਾਈ, ਆ ਜਿਹੜੇ ਮਚੋਰ ਪੌਦੇ ਫੁੱਲ, ਯਾਨੀ ਕਿ ਪੂਰੇ ਦੇਖੋ, ਅਗਰ ਇੰਚੀ ਸਾਈਜ਼ ਦਿੰਦਾ ਹੈ ਤਕਰੀਬਨ ਜੀ, ਮਾਸ਼ਾਅੱਲਾ ਚੈੱਕ ਕਰੋ, ਇਹ ਅਗਰ 3, 4, 5, 6, 7, 8, 9, 10, 11, ਇਹ ਯਾਨੀ ਕਿ 12, 13, ਅਗਰ ਇਹਨੂੰ ਗਿਣਦੇ ਜਾਈਏ, ਅਗਰ ਇਹਨੂੰ ਗਿਣਨ ਨੂੰ ਲੱਗ ਪਈਏ ਨਾ, ਤੇ ਇਹ ਜਿਹੜੇ ਨਾ ਕਾਫੀ ਤੁਹਾਡਾ ਟਾਈਮ ਵੇਸਟ ਹੋ ਜਾਏਗਾ। ਅਗਰ ਤੁਸੀਂ ਇਹਨੂੰ ਕਰੀਬ ਕਰਕੇ ਵੀ ਦਿਖਾ ਦਿਓ ਨਾ, ਅਗਰ ਮੈਂ ਦਿਖਾਇਆ, ਯਾਨੀ ਕਿ ਇੱਕ ਪੌਦੇ ਦੇ ਉੱਤੋਂ ਕਮ ਅਜ਼ ਕਮ 30-40-50 ਪੌਦੇ ਤੇ ਬਣ ਜਾਂਦੇ ਆਰਾਮ ਨਾਲ ਜੀ, ਆਰਾਮ ਨਾਲ। ਹੁਣ ਰੇਟ ਦੱਸੋ ਕਿ ਕਲਮ ਦਾ ਕੀ ਰੇਟ ਦਿਓਗੇ ਸਾਡੇ ਵੇਖਣ ਵਾਲਿਆਂ ਨੂੰ? ਆ ਸੰਭਾਈਏ, ਪਹਿਲਾਂ ਸ਼ੁਰੂ ਜਿਹਦੇ ਨਾ ਇਹ ਸਟਾਰ ਤੇ 100 ਰੁਪਏ ਕਲਮ, 50 ਰੁਪਏ ਕਲਮ ਸੇਲ ਕਰਦੇ ਨੇ। ਲੇਕਿਨ ਅਸੀਂ ਆਪਣੇ ਕਿਸਾਨ ਭਾਈਆਂ ਵਾਸਤੇ ਤੁਹਾਡੇ ਤਬਵ ਜਿਹੜੀ ਨਾ ਥਰੂ ਅਸੀਂ ਇੱਕ ਸੁਸੀ ਹਦਾਇਤ ਕਰਨੇ ਆ, ਇੱਕ ਗਿਫਟ ਦਿੰਦੇ ਆ, ਇਹ 5 ਰੁਪਏ ਕਲਮ ਅਸੀਂ ਤੁਹਾਨੂੰ ਦਾਂਗੇ। ਤੁਹਾਡੇ ਵੀਡੀਓ ਦੇਖ ਕੇ ਜਿਹੜਾ ਵੀ ਕਿਸਾਨ ਭਾਈ ਆਏਗਾ ਉਹਨੂੰ 5 ਰੁਪਏ ਕਲਮ ਦਾਂਗੇ, ਤੇ ਇਹ ਯਕੀਨ ਮੰਨੋ ਇੱਕ ਤੋਹਫਾ ਜੇ।